ਹੇ ਗੁਰ ਸਾਈਂਬ ਜੀਓ ਤਿਜਰ ਮੂਲ ਨਾਂ ਥੁੜੀਂਦੋ ਜਿਚਰ ਚ ਧਨ ਮਾਲ ਖੰਬ ਵਿਕੰਦੜੇ ਜੇ ਲਾਹਾ ਕਿੰਨਾ ਸਾਬੀਤੋਲ ਤਨ ਜੜਾਈ ਆਪੁਨੈ ਲਾਸੁ ਸਜਨ ਟੋਲ ਸਜਨ ਸਚਾ ਬਾਤ ਸਾਹ ਸਿਰ ਸਾਹੰਦੈ ਸਾਹ ਜਿਸ ਪਾਸ ਬਹਿਠਿਆ ਸੁਹੀਐ ਸਬਨਾਂ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਕਵਿਤਾ ਕੋਟਨ ਕੋਟਾਨ ਅਸਚਰਜ ਅਸਚਰਜ ਮੈਂ ਕੋਟਨ ਕੋਟਾਨ ਬਿਸਮਾਦ ਬਿਸਮਾਦ ਹੈ ਅਦ ਭੁੱਤ ਪਰਮ ਮਦ ਭੁੱਤ ਹੋਏ ਕੋਤਨ ਕੋਟ ਗਦ ਗਦ ਹੋਤ ਕੋਟ ਅਨਹਦ ਨਾਦ ਹੈ ਕੋਤਨ ਕੋਟਾਨ ਓਨ ਮਨ ਗਣੀ ਜਾਤ ਨਹੀਂ ਕੋਤਨ ਕੋਟਾਨ ਕੋਟ ਸੁੰਨ ਮੰਡਲਾਦ ਹੈ ਗੁਰਮਖ ਸਾਬਦ ਸੁਰਤ ਲਿਵ ਸਾਧ ਸੰਗ अंत के अनंत प्रभु आद परमाद है गुरु जी का खालसा गुरु जी की फतेह परम सन्मान योग सत्कार योग <coughs> ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਦਾ ਖਾਸ ਰੂਪ ਖਾਲਸਾ ਸਦ ਸੰਗਤ ਜਿਓ ਸਤਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰਸਿੱਖ ਸੰਗਤਾਂ ਸਹੇਬੇ ਕਮਾਲ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਪਾ ਪ੍ਰਾਪਤ ਪਾਵਨ ਸਥਾਨ ਦੇਨ ਦੁਨੀਆਂ ਦੇ ਮਾਲਕ ਸ਼ਬਦਾਵਤਾਰ ਰਾਜਨ ਰਾਜ ਭਾਨਨ ਪਾਨਨ ਦੀਵਾਨਨ ਦੇਵ ਉਪਮਾ ਮਹਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦਾ ਆਨੰਦ ਮਾਨਦੇ ਆ ਰਹੇ ਆਂ ਸਾਹਿਬ ਜੀ ਦੇ ਇਲਾਹੀ ਦਰਗਾਹੀ ਬਚਨਾਂ ਨੂੰ ਸਰਵਨ ਕਰਦੇ ਆ ਰਹੇ ਆਂ ਮਹਾਰਾਜ ਕਿਰਪਾਲੂ ਜੀ ਅ ਸਾਡੇ ਤੇ ਤਰੁੱਠ ਕਰਕੇ ਸਾਨੂੰ ਬਚਨ ਸਮਝਾਉਂਦੇ ਨੇ ਜਿਨ੍ਹਾਂ ਦੁਆਰਾ ਸਾਡਾ ਪਾਰ ਉਤਾਰਾ ਹੋਣਾ ਹੈ ਮਹਾਰਾਜ ਭੁੱਲਿਆ ਹੋਿਆਂ ਨੂੰ ਭਟਕਿਆ ਹੋਿਆਂ ਨੂੰ ਮਾਰਗ ਦੱਸ ਦੇਣੇ ਇਹਨਾਂ ਨੂੰ ਸਮਝ ਆ ਜਾਵੇ ਚੱਲ ਪੈਣ ਮਹਾਰਾਜ ਬਚਨ ਵੀ ਕਰਦੇ ਭੂਲੇ ਮਾਰਗ ਜਿੰਨੇ ਬਤਾਇਆ ਐਸਾ ਗੁਰਬੱਡ ਭਾਗੀ ਪਾਇਆ ਏਵੀ ਬਚਨ ਕਰਦੇ ਭੂਲੇ ਸਿੱਖ ਭੁੱਲ ਗਏ ਰਸਤਾ ਖੁੰਝ ਗਏ ਰਸਤੇਓਂ ਚੱਲ ਪਏ ਇੱਕ ਰਸਤੇ ਭੁੱਲ ਗਏ ਗੁਰੂ ਦੇ ਬਚਨਾਂ ਨੂੰ ਭੁੱਲ ਗਏ ਮਨ ਮਰਜ਼ਾ ਦਾ ਨੂੰ ਗੁਰੂ ਸਮਝਾਏ ਗੁਰੂ ਇਹਨਾਂ ਨੂੰ ਸਮਝਾਉਂਦਾ ਹੈ ਬਚਨ ਕਰ ਕਰਕੇ ਸੁਨਾ ਸੁਣਾ ਕੇ ਮਾਰਗ ਪਾਉਣ ਵਾਸਤੇ ਉਝੜ ਜਾਂਦੇ ਉਜਾੜੇ ਵੱਲ ਨੂੰ ਜਾ ਰਹੇ ਨੇ ਜਿਹੜੇ ਪਾਸੇ ਇਹਨਾਂ ਦੀ ਜ਼ਿੰਦਗੀ ਉਜੜ ਜਾਣੀ ਹੈ ਜੀਵਨ ਉਜੜ ਜਾਣਾ ਹੈ ਖਿਆਲ ਆਤ ਉੱਜੜ ਜਾਣੇ ਸ਼ਾਂਤੀ ਉੱਜੜ ਜਾਣੇ ਸੁਖ ਸੁਭ ਦਾਵਾਂ ਉੱਜੜ ਜਾਣੀਆਂ ਨੇ ਉੱਝੜ ਜਾਂਦੇ ਉੱਜੜਦੇ ਹੋਏ ਮਾਰਗ ਪਏ ਉੱਜੜਦਿਆਂ ਨੂੰ ਮਾਰਗ ਦੱਸਦੇ ਨੇ ਇੱਧਰ ਬਾਜ ਜਾਵੋਗੇ ਇੱਧਰ ਲੁੱਟੇ ਪੁੱਟੇ ਨਹੀਂ ਜਾਵੋਗੇ ਦਰਨ ਉਤਰੋ ਇਹ ਗੁਰੂ ਗੱਲ ਸਾਨੂੰ ਦੱਸਦਾ ਸਤਗੁਰੂ ਦੇ ਐਉ ਜੈ ਤਮਾਮ ਬਚਨਾਂ ਦੇ ਧਾਰਨ ਹਾਰੇ ਬਮਾਉਣ ਵਾਲੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਉਹਨਾਂ ਬਚਨਾਂ ਨੂੰ ਵਸਾਇਆ ਮਾਰਗ ਦੀ ਸਮਝ ਲਈ ਸਮਝ ਸਮਝ ਕੇ ਮਾਲਕ ਦਾ ਰੂਪ ਹੋਏ ਫਿਰ ਸੰਸਾਰ ਦੇ ਜੀਵਾਂ ਨੂੰ ਉਹ ਸੂਝ ਬਖਸ਼ਣ ਦਾ ਯਤਨ ਕੀਤਾ ਉਹ ਬਚਨ ਬਾਣੀ ਨੂੰ ਆਪਣੇ ਅੰਦਰ ਟਿਕਾ ਕੇ ਗੁਰੂ ਦੀ ਉਸਤਤ ਆਪਣੀ ਜ਼ੁਬਾਨੀ ਪਾਕ ਤੂ ਉਚਾਰਨ ਕਰਕੇ ਦੁਨੀਆਂ ਤੇ ਪਰਉਪਕਾਰ ਕਰਕੇ ਨੂੰ ਜੋੜਨ ਵਾਸਤੇ ਮਾਰਗ ਤੇ ਤੋਰਨ ਵਾਸਤੇ ਸੁੰਦਰ ਆਪਣੇ ਬਚਨ ਕੈ ਆਪਣੀ ਰਚਨਾ ਦੁਆਰਾ ਆਪਣੀ ਰਚਨਾਵਾਂ ਦੇ ਵਿੱਚ ਗੁੰਥੜ ਕੀਤੇ ਤੇ ਉਹ ਜਗਤ ਦੇ ਸਾਹਮਣੇ ਰੱਖ ਦਿੱਤੇ ਉਹ ਭਾਈ ਸਾਹਿਬ ਜੀ ਦੇ ਬਚਨਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਨੂੰ ਤੁਸ਼ ਬੁੱਧੀ ਦੇ ਨਾਲ ਆਪਾਂ ਪੜਦੇ ਸੁਣਦੇ ਆ ਰਹੇ ਭਾਈ ਗੁਰਦਾਸ ਸਾਹਿਬ ਕਹਿੰਦੇ ਐਸੇ ਗੁਰੂ ਕੀ ਸਿੱਖ ਨੇ ਐਸਾ ਉਹਨਾਂ ਦਾ ਜੀਵਨ ਹੈ ਐਨੀ ਉਹਨਾਂ ਦੀ ਕਮਾਈ ਆ ਐਨੀ ਉਹਨਾਂ ਦੇ ਜੀਵਨ ਅੰਦਰ ਸਚਾਈ ਆ ਇੰਨਾ ਕੋ ਸੰਸਾਰ ਸਧਾਰਕ ਮਾਦਾ ਲੈ ਕੇ ਚੱਲਦੇ ਨੇ ਇੰਨਾ ਕੋ ਗੁਰੂ ਦੇ ਬਚਨਾਂ ਨੂੰ ਕਮਾਉਣ ਹਾਰੇ ਨੇ ਇੰਨਾ ਕੋ ਗੁਰੂ ਦੇ ਬਚਨਾਂ ਤੇ ਆਪਣੇ ਆਪ ਨੂੰ ਚਲਾਉਣ ਹਾਰੇ ਨੇ ਭਾਈ ਸਾਹਿਬ ਕਹਿੰਦੇ ਕੁੱਟ ਨਕਤਾਨ ਅਸਚਰਜ ਅਸਚਰਜ ਮੈਂ ਕਹਿੰਦੇ ਕੋਟੀਆਂ ਕੋਟੀਆਂ ਕਰੋੜਾਂ ਕਰੋੜਾਂ ਔਰ ਜਿਹੜੇ ਹੈ ਨੇ ਅश्चਰਜਤਾਈਆਂ ਹੈਰਾਨਗੀਆਂ ਤੇ ਕਹਿੰਦੇ ਅश्चਰਜ ਮੈਂ ਅश्चਰਜਤਾ ਸਹਿਤ ਉਹਦੇ ਵਿੱਚ ਜਾਂ ਅश्चਰਜਤਾਈ ਦਾ ਰੂਪ ਜਿਹੜੀਆਂ ਨੇ ਹੋ ਜਾਣ ਉਸ ਗੁਰਸਿੱਖ ਦੇ ਜੀਵਨ ਨੂੰ ਵੇਖ ਕੇ ਨਾ ਇੱਕ ਤਾਪਕ ਕਹਿੰਨੇ ਹੈਰਾਨਗੀ ਕਰਤੀ ਇੱਕ ਹੈਰਾਨਗੀ ਨੇ ਵੀ ਹੈਰਾਨ ਹੋ ਜਾਣਾ ਹਰਾਨਗੀ ਨੇ ਵੀ ਹਰਾਨਗੀ ਦੇ ਰੂਪ ਵਿੱਚ ਚਲੇ ਜਾਣਾ ਮਿਲ ਜਾਣਾ ਕਹਿੰਦੇ ਉਹ ਹੋ ਗਏ ਗੁਰਸਿੱਖ ਦੇ ਜੀਵਨ ਨੂੰ ਦੇ ਕੇ ਕੋਟਾ ਨਾ ਕੋਟਾਨ ਬਿਸਮਾਦ ਬਿਸਮਾਦ ਹੈ ਬਿਸਮਾਦ ਵਸਤਾਵਾਂ ਉਹਨਾਂ ਦੇ ਵਿੱਚ ਚਲੇ ਜਾਣਾ ਹਰਾਨਗੀਆਂ ਕੋਟਾਈਆਂ ਦੇ ਵਿੱਚ ਚਲੇ ਜਾਣਾ ਬਿਸਮਾਦ ਤਈ ਕਰੋੜਾਂ ਤੋਂ ਬਿਸਮਾਦ ਤੋਂ ਬਿਸਮਾਦ ਉਹ ਪਰਿਪੂਰਨ ਪਰਮਾਤਮਾ ਉਹਦੇ ਵਿੱਚ ਮਿਲ ਜਾਣਾ ਉਹਦੇ ਅਵਸਥਾ ਨੂੰ ਉਹਦੇ ਮਿਲਾਪ ਨੂੰ ਉਹਦੇ ਦੇਦਾਰ ਨੂੰ ਕਰੋੜਾ ਹੈਰਾਨਤਾਈਆਂ ਵਿਸਮਾਤਈਆਂ ਵੀ ਨਹੀਂ ਪੁੱਗਦੀਆਂ ਪਾਈ ਸਾਹਿਬ ਕਹਿੰਦੇ ਅਦਭੁਤ ਪੁੱਤ ਪਰਮਅਦਭੁਤ ਹੋਇ ਕੋਟਨ ਕੋਟ ਔਰ ਅਦਭੁਤ ਅश्चर्यਤਾਈ ਔਰ ਪਰਮਅਦਭੁਤ ਬਹੁਤ ਅਲੌਕਿਕਤਾ ਜਿਹੜੀ ਕਦੇ ਕੋਈ ਚੀਜ਼ ਦੇਖੀ ਨਹੀਂ ਉਸ ਨੂੰ ਮਨੁੱਖ ਤੱਕ ਇਹ ਕਹਿੰਦਾ ਉਹ ਜੀ ਸੰਸਾਰ ਵਿੱਚ ਨਹੀਂ ਹੈ ਕਹਿ ਲੱਗੇ ਉਹ ਜੀਆਂ ਕੋਟਾਨ ਕੋਟ ਹੋਮਨ ਗਦ ਗਦ ਹੋਤ ਕੋਟ ਅਨਹਦ ਨਦ ਹੈ ਬਾਣੀ ਅਸ ਬੇਅਸਤੋ ਦਾਨੀ ਗਦਗਦ ਹੁੰਦਾ ਨਾ ਗਲਾ ਬੋਲਿਆ ਨਾ ਜਾਣਾ ਬੋਲਣਾ ਚਾਹੁੰਦਾ ਜ਼ਬਾਨ ਹੈ ਬੋਲ ਹੈ ਪਰ ਬੋਲ ਨਹੀਂ ਸਕਦਾ ਕਿਉਂਕਿ ਐਸਾ ਕੁਝ ਦੇਖ ਲਿਆ ਉਦੇ ਲਈ ਬੋਲੀ ਨਹੀਂ ਬੰਦੇ ਕਈ ਵਾਰ ਕਿਸੇ ਅਤ ਦੁੱਖ ਵਿੱਚ ਚਲੇ ਜਾਈਏ ਉਥੇ ਬੋਲ ਮੁੱਕ ਜਾਂਦੇ ਕੀ ਕਹੀਏ ਕਿਸੇ ਅਤ ਖੁਸ਼ੀ ਨੂੰ ਬਿਆਨ ਕਰਨਾ ਹੋਵੇ ਉਥੇ ਵੀ ਬੋਲ ਮੁੱਕ ਜਾਂਦੇ ਆ ਬਈ ਕੀ ਐਗਜ਼ੈਂਪਲ ਦੇਈਏ ਕੀ ਕਹਿ ਕੇ ਗੱਲ ਸ਼ੁਰੂਆਤ ਕਰੀਏ ਕਿੰਨੀ ਕੁ ਖੁਸ਼ੀ ਆ ਕਿੰਨੀ ਕੁ ਗਮੀ ਆ ਕਹਿ ਲੱਗੇ ਅਦਭੁਤਾਈ ਉਹ ਅਨਹਦ ਤੁਨੀ ਦਾ ਨਾਦ ਜਿਹੜਾ ਹਿਰਦੇ ਵਿੱਚ ਵੱਜਦਾ ਨਾ ਭਾਈ ਗੁਰਦਾਸ ਸਾਹਿਬ ਕਹਿੰਦੇ ਉਹਦੇ ਅੱਗੇ ਸਾਰੇ ਦੇ ਸਾਰੇ ਨਿਉਨਤਾ ਇਹੇ ਚਲੇ ਜਾਂਦੇ ਨੇ ਕੋਟਾ ਨਾ ਕੋਟਾਨ ਓਨ ਮਣੀ ਗਣੀ ਜਾਤ ਨਹੀਂ ਕਹਿੰਦੇ ਓਨ ਮਣੀ ਵਸਥਾ ਦੇੜੀਆਂ ਨੇ ਮੁੰਦਰਣਾ ਆਧ ਅਰ ਕਹਿੰਦੇ ਉਹ ਸਾਰੀਆਂ ਦੀਆਂ ਸਾਰੀਆਂ ਕਰੋੜਾ ਮਿਲ ਕੇ ਉਹਨਾਂ ਦੀ ਕੋਈ ਗਣੀ ਗਿਣਤੀ ਨਹੀਂ ਕੀਤੀ ਜਾ ਸਕਦੀ ਉਹ ਇੰਨੀਆਂ ਨੇ ਕੁਟਾਨਕੂਟ ਕੂਟਨ ਕੁਟਾਨਕੂਟ ਸੁਨ ਮੰਡਲਾਦ क्रूरਾਂ ਦੀ ਤਾਦਾਦ ਅੰਦਰ ਸੁਨ ਅਵਸਥਾਵਾਂ ਸੁਨ ਮੰਡਲ ਔਰ ਉਹ ਮਿਲ ਕੇ ਉਥੋਂ ਆਦ ਸਾਰੀਆਂ ਚੀਜ਼ਾਂ ਮਿਲ ਕਰਕੇ ਇਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ ਫੇਰ ਵੀ ਇਹ ਸਾਰੀਆਂ ਇਕ ਗੁਰਸਿੱਖ ਦੇ ਕਰਨੀ ਵਾਲੇ ਦੇ ਕਮਾਈ ਵਾਲੇ ਦੇ ਜੀਵਨ ਦੇ ਤੁਲ ਨਹੀਂ ਪੁੱਗਦੀਆਂ ਭਾਈ ਸਾਹਿਬ ਕਹਿੰਦੇ ਗੁਰਮਖ ਸਬਦ ਸੁਰਤਿ ਲੈ ਬਸਾਦ ਸੰਗ ਇੱਕ ਪਾਸੇ ਸਾਰੀਆਂ ਚੀਜ਼ਾਂ ਹੋਵਣ ਕੋਟਨ ਕੋਟ ਕਰੋੜਾਂ ਦੀ ਤਦਾਦ ਅੰਦਰ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਪਾਸੇ ਸ਼ਬਦ ਵਿੱਚ ਸੁਰਤ ਦਾ ਅਭਿਆਸੀ ਸਾਧ ਸੰਗੀ ਜਨ ਬੈਠਾ ਹੋਵੇ ਸਤ ਸੰਗੀ ਬੈਠਾ ਹੋਵੇ ਸਤ ਸੰਗਤ ਦਾ ਆਨੰਦ ਮਨਨ ਹਰਾ ਹੋਵੇ ਭਾਈ ਸਾਹਿਬ ਕਹਿੰਦੇ ਅੰਤ ਕਹ ਅਨੰਤ ਪ੍ਰਭ ਕਹਿੰਦੇ ਜਿਹੜੀਆਂ ਇਹ ਸਾਰੀਆਂ ਅਵਸਥਾਵਾਂ ਦਸੀਆਂ ਨਾ ਜਿਹੜਾ ਬੇਅੰਤ ਪ੍ਰਭੂ ਆ ਨਾ ਅਨੰਤ ਕਲਾ ਦਾ ਮਾਲਕ ਹੈ ਨਾ ਉਹਦਾ ਇਹ ਅੰਤ ਨਹੀਂ ਪਾ ਸਕਦੀਆਂ ਗੁਰ ਸਿੱਖ ਪਿਆਰਾ ਸ਼ਬਦ ਵਿੱਚ ਸੁਰਤ ਲੀਨ ਕਰਕੇ ਔਰ ਤਨ ਨੂੰ ਸਤ ਸੰਗਤ ਰੂਪ ਵਿੱਚ ਬਿਠਾ ਕੇ ਆਨੰਦਤ ਹੋ ਕੇ ਕਹਿੰਦੇ ਉਹ ਉਹ ਦੀਦਾਰ ਕਰਦਾ ਹੈ ਅੰਤ ਕੇ ਅਨੰਤ ਪ੍ਰਭ ਜਿਹੜਾ ਅਨੰਤ ਸਰੂਪ ਪਰਮਾਤਮਾ ਉਸ ਨਾਲ ਮਿਲਦਾ ਉਹਦਾ ਦੀਦਾਰ ਕਰਦਾ ਹੈ ਅੰਤ ਕੈ ਅੰਤ ਪਹਿਲਾ ਬਾੜ ਲੀਆਂ ਕਾਮਨਾਵਾਂ ਵਾਸ਼ਨਾਵਾਂ ਦਾ ਕਰਕੇ ਫਿਰ ਉਹ ਬੇਅੰਤ ਪ੍ਰਭੂ ਦੇ ਵਿੱਚ ਮਿਲਦਾ ਹੈ ਆਦ ਪਰਮਾਤਮਾ ਹੈ ਕਹਿੰਦੇ ਉਹ ਆਦ ਆਦ ਕੀਏ ਪਰਮਾਤਮਾ ਅਕਾਲ ਪੁਰਖ ਵੈਗੁਰੂ ਜਿਹੜਾ ਆਦ ਸੱਚ ਜੋ ਗਾਦ ਸੱਚ ਉਹ ਆਦ ਔਰ ਉਹ ਆਦ ਪੁਰਖ ਆਦੇਸ਼ ਉਹ ਆਦ ਅਕਾਲ ਪੁਰਖ ਵੈਗੁਰੂ ਜਿਹੜਾ ਹੈ ਪਰਮਾਤਮਾ ਕਹਿੰਦੇ ਸਾਰਿਆਂ ਤੋਂ ਵੱਡਾ ਸਾਰਿਆਂ ਨਾਲੋਂ ਉੱਤਮਤਾਈ ਵਾਲਾ ਸਾਰਿਆਂ ਤੋਂ ਉੱਚਾ ਉਹ ਪਰਿਪੂਰਣ ਪਰਮਾਤਮਾ ਜਿਹੜਾ ਆਰੰਭ ਰਹਿ ਤੇ ਆਦ ਕੋਈ ਨਹੀਂ ਦੱਸ ਸਕਦਾ ਕਿ ਉਹਦਾ ਆਰੰਭ ਕਦੋਂ ਹੋਇਆ ਓਦੀ ਆਰੰਭਤਾ ਕਦੋਂ ਹੋਈ ਓ ਪਰਿਪੂਰਣ ਪਰਮਾਤਮਾ ਦੀ ਸ਼ੁਰੂਆਤ ਕਦੋਂ ਹੋਈ ਏ ਕੋਈ ਨਹੀਂ ਦੱਸ ਸਕਦਾ ਉਹ ਆਦ ਰਹਿ ਤੇ ਅੰਤ ਉਹਦਾ ਅੰਤ ਵੀ ਨਹੀਂ ਕੋਈ ਦੱਸ ਸਕਦਾ ਕਿਉਂਕਿ ਕੋਈ ਮਨੁੱਖ ਉੱਥੋਂ ਤੱਕ ਪਹੁੰਚਦਾ ਹੀ ਨਹੀਂ ਮਨੁੱਖ ਪਹਿਲੇ ਹੀ ਉਸ ਦਾ ਮਨੁੱਖ ਦਾ ਅੰਤ ਹੋ ਜਾਂਦਾ ਹੈ ਬੇਅੰਤ ਦਾ ਪ੍ਰਮਾਤਮਾ ਦਾ ਅੰਤ ਨਹੀਂ ਇਸ ਕਰਕੇ ਪਰਿਪੂਰਨ ਪ੍ਰਮਾਤਮਾ ਅਨੰਤ ਸਰੂਪ ਹੈ ਉਹਦੇ ਤੁਲ ਨਹੀਂ ਹੋ ਸਕਦਾ ਉਹ ਅਕਾਲ ਪੁਰਖ ਵੈਗੁਰੂ ਪ੍ਰਕਾਸ਼ ਦਾ ਮੂਜਸਮਾ ਹੈ ਭਾਈ ਸਾਹਿਬ ਕਹਿੰਦੇ ਗੁਰਮਖੁ ਸਬਦ ਸੁਰਤਲੇ ਵਸਾਦ ਸੰਗ ਦੇੜੇ ਗੁਰਮਖ ਨੇ ਉਹਨਾ ਆਪਣੀ ਸੁਰਤ ਨੂੰ ਸਾਧ ਸੰਗਤ ਵਿੱਚ ਸ਼ਾਰੀਰਕ ਤੌਰ ਤੇ ਆ ਕੇ ਆਪਣੀ ਸੁਰਤ ਨੂੰ ਸ਼ਬਦ ਨਾਲ ਮਲਾਇਆ ਸ਼ਬਦ ਨਾਲ ਜਿੱਥੇ ਤਨ ਨੂੰ ਸਤ ਸੰਗਤ ਵਿੱਚ ਲਿਆ ਕੇ ਬਿਠਾਇਆ ਨਾ ਸਤ ਸੰਗਤ ਦਾ ਮੇਲੀ ਬੁਣਾਇਆ ਤੇ ਸਤ ਸੰਗਤ ਵਿੱਚ ਸ਼ਾਰੀਰਕ ਤੌਰ ਤੇ ਬੈਠ ਗਏ ਇਦੋ ਅਗਲਾ ਕੰਮ ਇਹ ਆ ਕਿ ਸੁਰਤ ਨੂੰ ਸ਼ਬਦ ਵੱਲ ਨੂੰ ਲੈ ਕੇ ਦਾਣਾ ਸ਼ਬਦ ਨਾਲ ਜੋੜਨਾ ਔਰ ਉਹ ਗੁਰੂ ਕੇ ਸਿੱਖਾਂ ਨੇ ਸਤ ਸੰਗਤ ਵਿੱਚ ਆ ਕੇ ਇਹ ਕਰਮ ਕੀਤਾ ਹੈ ਕਿ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜਨ ਦਾ ਯਤਨ ਕੀਤਾ ਹੈ ਟੁੱਟੀ ਲਿਬ ਨੂੰ ਗੰਡਣ ਦਾ ਯਤਨ ਕੀਤਾ ਹੈ ਉਲਟ ਪਵਨ ਮਨ ਮੀਨ ਕੀ ਚੱਪਲਾ ਹੈ ਜਿਹੜਾ ਮਨ ਬੜਾ ਚੰਚਲ ਮਛਲੀ ਦੀ ਤਰ੍ਹਾਂ ਇੱਧਰ-ਉੱਧਰ ਨੂੰ ਬੜੀਆਂ ਝਾਤੀਆਂ ਜੀਆਂ ਮਾਰਦਾ ਬੜੇ ਟਪਲੇ ਮਾਰਦਾ ਕਹਿੰਦੇ ਇਹਦੇ ਖਿਆਲ ਜਿਹੜੇ ਪਵਨ ਰੂਪ ਹਵਾ ਦੇ ਝੋਕੇ ਵਰਗੇ ਨੇ ਫਿਸਲਣ ਜਾਣ ਵਾਲੇ ਨੇ ਔਰ ਪਰਤਦੇ ਨੇ ਉਸ ਨੂੰ ਜਿਹੜਾ ਉਲਟਾ ਦੇਣਾ ਉਲਟਾ ਕਰ ਦੇਣਾ ਉਲਟਾ ਕੀ ਕਰਨਾ ਹੈ ਕਿ ਜਿੰਨੇ ਖਿਆਲ ਨੇ ਮਨ ਦੇ ਉਹ ਸਾਰੇ ਬਾਹਰ ਨੂੰ ਜਾਂਦੇ ਨੇ ਬਾਹਰ ਨੂੰ ਪਟਕਦੇ ਇਹ ਕਾਰੋਬਾਰ ਕਰਦੇ ਆ ਵੀ ਖਿਆਲ ਚੱਲਦੇ ਰਹਿੰਦੇ ਬਿਸਤਰ ਤੇ ਲੇਟਿਆਂ ਵੀ ਚੱਲਦੇ ਰਹਿੰਦੇ ਆ ਮੂੰਹ ਤੋਂ ਚੁੱਪ ਕਰਦਾ ਹੀ ਆ ਤਾਂ ਵੀ ਚੱਲਦੇ ਰਹਿੰਦੇ ਆ ਇਹ ਗੋਂਗੇ ਦੇ ਅੰਦਰ ਵੀ ਚੱਲਦੇ ਰਹਿੰਦੇ ਆ ਇਹ ਚੰਗੇ ਭਲੇ ਦੇ ਅੰਦਰ ਵੀ ਚੱਲਦੇ ਰਹਿੰਦੇ ਆ ਇਹ ਸੁੱਤੇ ਦੇ ਅੰਦਰ ਵੀ ਚੱਲਦੇ ਆ ਗੁਸਤਾਖੀ ਮਾਪੇ ਨਿਤਨੇਮ ਕਰਦੇ ਆ ਵੀ ਚਲਦੇ ਰਹਿੰਦੇ ਨੇ ਨਿਤਨੇਮ ਕਰਨਾ ਹੀ ਇਸੇ ਲਈ ਬਾਣੀ ਨੂੰ ਪੜਨਾ ਹੀ ਇਸੇ ਲਈ ਔਰ ਸਤ ਸੰਗਤ ਨੂੰ ਕਰਨਾ ਹੀ ਇਸੇ ਲਈ ਅਰਦਾਸ ਬੇਨਤੀ ਪ੍ਰਾਰਥਨਾ ਕਰਨੀ ਹੀ ਇਸੇ ਲਈ ਐ ਕਿ ਇਹ ਮਨ ਦੇ ਖਿਆਲ ਖਤਮ ਹੋਵਣ ਇਸ ਸਥਿਰਤਾ ਹਾਸਲ ਕਰ ਲਵੇ ਟਿਕ ਜਾਵੇ ਇਹ ਟਿਕਦਾ ਵੀ ਔਰ ਟਿਕਦਾ ਕਦੋਂ ਆਏ ਜਦੋਂ ਇਹ ਸ਼ਬਦ ਦੇ ਵਿੱਚ ਲੱਗ ਗਿਆ ਇੱਧਰ ਉੱਧਰ ਭਟਕਿਆ ਨਾ ਕਈ ਵੇਰ ਗੁਰਸਿੱਖ ਪਿਆਰੇ ਦੱਸਦੇ ਅੱਜ ਇਹਦਾ ਨਿਤਨੇਮ ਕਰਨਿਆ ਬੜਾ ਆਨੰਦ ਬਣਿਆ ਆਨੰਤ ਤਾਂ ਪਹਿਲਾਂ ਵੀ ਉਹੀ ਬਾਣੀ ਪਹਿਲਾਂ ਵੀ ਉਹ ਪੜਦਾ ਸੀ ਅੱਜ ਮਨ ਟਿਕ ਗਿਆ ਮਨ ਇੱਧਰ ਉੱਧਰ ਦੌੜਿਆ ਨਹੀਂ ਜਿੱਦਨ ਮਨ ਟਿਕ ਜਾਵੇ ਕਥਾ ਬੜਾ ਰਸ ਦੇਵੇਗੀ ਜਿੱਦਨ ਮਨ ਟਿਕਦਾਵੇ ਕਥਾ ਕਰਨੀ ਹੋਵੇ ਕਥਾ ਸੁਣਨੀ ਹੋਵੇ ਬੜਾ ਰਸ ਆਵੇਗਾ ਮਨ ਟਿਕ ਜਾਵੇ कीर्तन करना होवे कीर्तन सुनना होवे बड़ा रस बनेगा मन टिक जावे और वाणी पढ़नी होवे वाणी सुननी होवे बड़ा रस बनेगा ते मनुख नु एथे भी इक भ्रम ਪੈ ਜਾਂਦਾ ਪਰਮ ਇਹ ਪੈਂਦਾ ਉਹ ਕਹਿੰਦਾ ਫੁਲਾਨੇ ਰਾਗੀ ਨੇ ਬੜਾ ਕੀਰਤਨ ਸੁੰਦਰ ਕੀਤਾ ਹਾ ਹਾ ਪਤਾ ਹੀ ਨਹੀਂ ਲਗਾ ਕਿੰਨਾ ਸਮਾਂ ਨਿਕਲ ਗਿਆ ਬੜਾ ਕੀਤਨ ਨਹੀਂ ਤੇਰ ਮਨ ਟਿਕ ਗਿਆ ਉਹਦੇ ਵਿੱਚ ਰਾਗੀ ਨੇ ਸ਼ਬਦ ਗੁਰੂ ਦਾ ਹੀ ਗਾਇਆ ਹੈ ਦੂਜੇ ਵੀ ਸ਼ਬਦ ਗੁਰੂ ਦਾ ਹੀ गांदे ਫੁਲਾਣੇ ਪ੍ਰਚਾਰਕ ਨੇ ਬੜਾ ਸੁੰਦਰ ਪ੍ਰਚਾਰ ਕੀਤਾ ਬੜਾ ਸੁੰਦਰ ਵਿਚਾਰ ਦਿੱਤਾ ਆਹਾ ਪਤਾ ਹੀ ਨਹੀਂ ਲੱਗਿਆ ਉਹ ਨਹੀਂ ਵਿਚਾਰ ਗੁਰੂ ਕਾ ਹੀ ਗੁਰਮਤ ਦਾ ਹੀ ਸਾਰੇ ਕਰਦੇ ਤੇਰਾ ਮਨ ਟਿਕ ਗਿਆ ਜਦੋਂ ਮਨ ਇਧਰ ਉਧਰ ਡੋਲੇਗਾ ਗੱਲ ਸਮਝ ਨਹੀਂ ਪਵੇਗੀ ਨੂੰ ਰਸ ਨਹੀਂ ਬਣੇਗਾ ਟਪਕੇਗਾ ਬੇਚੈਨੀ ਵੱਧ ਜਾਵੇਗੀ ਮਨ ਨੂੰ ਰਸ ਆਵੇ ਇਹ ਮਨ ਟਿਕ ਜਾਵੇ ਤੇ ਕਥਾ ਅਮ੍ਰਤੇ ਮਨ ਟਿਕ ਜਾਵੇ ਕੀਰਤਨ ਕਰਨਾ ਸੁੰਨਾ ਅਮ੍ਰਤੇ ਮਨ ਟਿਕ ਜਾਵੇ ਰਸ ਮਾਣੇ ਉਹਦੇ ਵਿੱਚੋਂ ਆਨੰਦਤ ਹੋਵੇ ਔਰ ਪਿਆਰਿਓ ਗੁਰਬਾਣੀ ਨੂੰ ਪੜਨਾ ਸੁੰਨਾ ਅੰਮ੍ਰਿਤ ਹੈ ਨਹੀਂ ਤੇ ਪਿਆਰਿਓ ਅੰਮ੍ਰਿਤ ਤੋਂ ਵੀ ਮਨੁੱਖ ਦੂਜੇ ਪਾਸੇ ਨੂੰ ਜਾਂਦਾ ਹੈ ਅੰਮ੍ਰਿਤ ਰਾਮ ਨਾਮ ਅੰਮ੍ਰਿਤ ਛੱਡ ਕਾਹੇ ਬਿਖਖਾਈ ਫਿਰ ਰੱਬ ਦਾ ਨਾਮ ਅੰਮ੍ਰਿਤ ਛੱਡ ਕੇ ਬਿਖਿਆਵਲ ਨੂੰ ਚੱਲਦਾ ਮਹਾਰਾਜ ਕਹਿੰਦੇ ਅੰਮ੍ਰਿਤ ਜੀਵਨ ਉਦੋਂ ਬੰਨਣਾ ਜਦੋਂ ਮਨ ਟਿਕਿਆ ਮਨ ਨੂੰ ਰਸ ਆਇਆ ਪਰਮ ਇਹ ਪੈ ਗਿਆ ਅਸੀਂ ਭੋਜਨ ਦਾ ਮਤਲਬ ਨਹੀਂ ਰੱਖਿਆ ਸੀ ਭਾਂਡੇ ਨਾਲ ਜੁੜ ਗਏ ਭਾਂਡਾ ਕਿਹੜਾ ਜੀ ਇਹਦਾ ਫੁਲਾਨਾ ਸਿਓ ਆ ਜੀ ਵਿਚਾਰ ਕਰ ਨਹੀਂ ਨਹੀਂ ਮੈਂ ਨਹੀਂ ਇਹਦੀ ਵਿਚਾਰ ਸੁਣਨੀ ਇਹ ਫੁਲਾਨਾ ਆਇਆ ਜੀ ਉਦੋਂ ਦੁੱਦਿਆਂ ਨੂੰ ਚਲੋ ਬਈ ਚਲੋ ਆਪਣਾ ਪ੍ਰਚਾਰਕ ਆਇਆ ਸਿਰਫ ਪਾਰਟੀਆਂ ਬਣਾ ਦਿੱਤੀਆਂ ਪ੍ਰਚਾਰਕਾਂ ਦੀਆਂ ਵੀ ਅਸੀਂ ਕੀਰਤਨ ਬਹੁਤ ਘੱਟ ਸੁਣਦੇ ਹਾਂ ਗੁਸਤਾਖੀ ਮਾਪ ਅਸੀਂ ਰਾਗੀ ਸੁਣਦੇ ਹਾਂ ਰਾਗੀ ਉਹ ਤਾਂ ਹੀ ਹੈ ਜੇ ਗੁਰੂ ਦੇ ਸ਼ਬਦ ਦਾ ਕੀਰਤਨ ਕਰੇ ਕਿ ਦੇ ਕਹ ਮੈਂ ਗੁਰੂ ਦਾ ਸ਼ਬਦ ਸੁਣਨ ਚੱਲਿਆ ਉਹਦੀ ਪ੍ਰਧਾਨਤਾ ਹੋਵੇ ਉਹ ਭਾਂਡਾ ਪਰੋਸਣ ਵਾਲਾ ਸ਼ਰੀਰ ਰੂਪ ਭਾਂਡਾ ਤੁਹਾਡੇ ਸਾਹਮਣੇ ਬੰਦਗੀ ਰੂਪ ਭੋਜਨ ਪਰੋਸ ਰਿਹਾ ਹੈ ਤੁਸੀਂ ਭਾਂਡਾ ਛਕਣਾ ਹੈ ਕਿ ਭੋਜਨ ਛਕਣਾ ਹੈ ਤੁਸੀਂ ਸ਼ਬਦ ਸੁਣਨਾ ਹੈ ਵਿਚਾਰ ਗੁਰੂ ਦਾ ਸੁਣਨਾ ਹੈ ਕਿ ਇੱਕ ਤਨ ਵੇਖਣਾ ਹੈ ਬਈ ਅੱਗੇ ਕਿਹੜਾ ਬੈਠਾ ਹੈ ਇਹਦੇ ਸਤਨਾਮ ਸਿਉਂ ਬੈਠਾ ਕਿ ਇੱਥੇ ਕੋਈ ਹੋਰ ਬੈਠਾ ਹੈ ਅਸੀਂ ਤਨ ਨਾਲ ਬਹੁਤ ਆਤਮ ਅੰਦਰ ਜੁੜੇ ਹੋਏ ਹਾਂ ਕਾਈ ਸਾਡਾ ਮਨ ਨਹੀਂ ਜੋੜਦਾ ਤਨ ਵੀ ਪਟਕਦੇ ਆ ਤੇ ਤਣਾ ਦੇ ਮਗਰ ਲੱਗ ਕੇ ਫਿਰ ਅਸੀਂ ਮਨ ਵੀ ਸਾਡੇ ਪਟਕਦੇ ਟਿਕੇ ਨਹੀਂ ਭਾਂਡਾ ਮਾੜਾ ਹੋ ਸਕਦਾ ਹੈ ਭਾਂਡਾ ਸਸਤਾ ਮਹਿੰਗਾ ਹੋ ਸਕਦਾ ਹੈ ਪਰ ਭਾਂਡੇ ਕੱਲੇ ਨਾਲ ਭੁੱਖ ਨਹੀਂ ਜੇ ਮਿਟਦੀ ਭਾਂਡੇ ਨਾਲ ਭੁੱਖ ਨਹੀਂ ਜੇ ਮਿਟਦੀ ਭੁੱਖ ਉਹ ਦੋਈ ਮਿਟਣੀਆਂ ਭਾਵੇਂ ਨਾ ਉਹ ਪਤਲਾ ਹੁਣ ਪਤਲਾ ਮਤਲਬ ਸਮਝਦੇ ਹੋ ਨਾ ਪਤਲਾ ਦੀਆਂ ਥਾਲੀਆਂ ਡੁੰਨੇ ਜੇ ਆਉਂਦੇ ਹੁੰਦੇ ਆ ਤੇ ਉਹਦੇ ਵਿੱਚ ਹੀ ਭੋਜਨ ਪਾਇਆ ਹੋਵੇ ਪਰ ਭੋਜਨ ਬੜਾ ਅੱਛਾ ਹੋਵੇ ਉਹਨੂੰ ਖਾ ਕੇ ਤ੍ਰਿਪਤ ਹੋ ਜਾਵੋ ਔਰ ਸਰੀਰ ਭਾਂਡਾ ਨੇ ਇਹ ਥਾਲੀਆਂ ਚਮਚੇ ਨੇ ਤੁਹਾਡੇ ਮੂਹਰੇ ਬੰਦਗੀ ਦਾ ਰੱਬ ਦੇ ਨਾਮ ਦਾ ਭੋਜਨ ਪਰੋਸਦੇ ਆ ਤੁਸੀਂ ਭਾਂਡਿਆਂ ਨਾਲ ਨਾ ਆਪਾਂ ਜੁੜਿਆ ਕਰੀਏ ਹਾਂ ਭਾਂਡਾ ਕੀਮਤ ਵਾਲਾ ਭਾਂਡਾ ਅੱਛਾ ਹੈ ਸੰਭਾਲਣਾ ਚਾਹੀਦਾ ਉਹਦੀ ਕਦਰ ਕਰਨੀ ਚਾਹੀਦੀ ਏ ਪਰ ਇਹ ਵੀ ਨਹੀਂ ਕਿ ਭੋਜਨ ਨੂੰ ਤਿਆਗ ਕੇ ਭੋਜਨ ਜਾਵੇ ਜਿੰਦਰ ਮਰਜ਼ੀ ਜਾਵੇ ਭਾਂਡਾ ਹੀ ਕੱਚ ਚ ਦੇ ਕੇ ਤੁਰ ਜਾਣਾ ਇਹ ਚੋਰਾ ਦਾ ਕੰਮ ਹੁੰਦਾ ਹੈ ਕਿ ਭਾਂਡੇ ਨੂੰ ਜਿਹੜਾ ਕੱਚ ਚ ਦੇ ਕੇ ਤੁਰ ਜਾਣਾ ਭੋਜਨ ਡੋਲ ਦਿੱਤਾ ਨਹੀਂ ਅਸੀਂ ਭੋਜਨ ਦੇ ਗਾਕ ਬੰਨਣਾ ਉਹ ਕੀਰਤਨ ਰੂਪ ਚ ਹੋਵੇ ਕੁਝ ਛੋਟਾ ਕੀਰਤਨੀਆਂ ਕਰ ਰਿਹਾ ਹੋਵੇ ਸ਼ਬਦ ਦੀ ਪ੍ਰਧਾਨਤਾ ਵਿੱਚੋਂ ਸ਼ਬਦ ਕੱਢ ਦਿਓ ਸਾਜ ਔਰ ਉਤੋਂ ਨਾ ਕੁਝ ਵੀ ਨਹੀਂ ਰਹਿ ਜਾਂਦੀਆਂ ਕੁਝ ਵੀ ਨਹੀਂ ਰਹਿ ਜਾਂਦੀ ਇੱਕ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਚੱਲਦੇ ਚੱਲਦੇ ਔਰ ਦਾਰਕਾ ਦੇ ਨੇੜੇ ਗਏ ਤੇ ਉੱਥੇ ਜਿਹੜੀਆਂ ਲੀਲਾ ਹੋਵੇ ਤੇ ਤੋਂ ਨਾ ਲਾਪਨ ਕਹਿੰਦੇ ਭਾਈ ਮਰਦਾਨੇ ਸਾਹਿਬ ਨੇ ਕਿਆ ਭਈ ਲੋਗਾ ਨੇ ਆਕੇ ਕਿਆ ਤੁਸੀਂ ਵੀ ਚੱਲੋ ਰਾਗ ਰੰਗ ਬੜਾ ਹੈ ਮਹਾਰਾਜ ਸੱਚੀ ਸਰਕਾਰ ਨੂੰ ਭਾਈ ਮਰਦਾਨਾ ਸਭ ਕਹਿੰਦਾ ਚੱਲੀਏ ਮਹਾਰਾਜ ਦੋ ਤੁਨਾਂ ਰਾਗ ਦੀਆਂ ਸੁਣ ਲਵਾਂਗੇ ਭਾਈ ਸਾਹਿਬ ਨੂੰ ਗੁਰੂ ਨਾਨਕ ਸਹਿ ਮਹਾਰਾਜ ਕਹਿੰਦੇ ਨੇ ਕਹਿ ਲੱਗੇ ਮਰਦਾਨਿਆ ਭਾਂਡਿਆਂ ਨਾਲ ਭੁੱਖ ਨਹੀਂ ਮਿਲਦੀ ਹੁੰਦੀ ਮਿਟਦੀ ਹੁੰਦੀ ਇਹ ਭਾਂਡੇ ਰਾਗ ਦੇ ਨੇ ਪਰ ਪਰੋਸਿਆ ਇਹਨਾਂ ਚ ਕੁਝ ਹੋਰ ਆ ਆਪਣੀ ਭੁੱਖ ਮਟਾਉਣ ਵਾਲਾ ਭੋਜਨ ਇਹਨਾਂ ਢਾਂਡਿਆਂ ਵਿੱਚ ਨਹੀਂ ਉਪਰੋਸਿਆ ਇਹ ਢਾਂਡੇ ਜਿਹੜੇ ਨੇ ਹੋਰ ਹੀ ਕੁਝ ਪਰੋਸਿਆ ਹੋਇਆ ਇਹਨਾਂ ਨਾਲ ਭੁੱਖ ਨਹੀਂ ਮਿਟਣੀ ਜੇ ਭੁੱਖੇ ਮਰਨਾ ਹੀ ਤੇ ਚਲਿਆ ਜਾ ਅਸੀਂ ਇਹ ਨਹੀਂ ਦੇਖਿਆ ਬਈ ਛੋਟਾ ਰਾਗੀ ਸ਼ਬਦ ਗਾ ਰਿਹਾ ਜਾਂ ਵੱਡਾ ਰਾਗੀ ਗਾ ਰਿਹਾ ਸੀ ਤਾਂ ਪਾਲਟੀਆਂ 'ਚ ਵੰਡੇ ਗਏ ਬਈ ਸਾਡਾ ਪ੍ਰਚਾਰਕ ਨਹੀਂ ਸੱਦਿਆ ਸਾਡਾ ਪ੍ਰਚਾਰਕ ਨਹੀਂ ਆਇਆ ਸਾਡਾ ਰਾਗੀ ਨਹੀਂ ਆਇਆ ਅਸੀਂ ਨਹੀਂ ਸੁਣਨ ਦਾਣਾ ਨਹੀਂ ਗੁਰਮਖੋ ਸ਼ਬਦ ਗੁਰੂ ਦਾ ਸੁਣਿਆ ਕਰੋ ਗੁਰੂ ਨਾਲ ਉਹ ਭੋਜਨ ਹੈ ਬੰਦਗੀ ਦਾ ਉਹਨੂੰ ਪ੍ਰੋਸ਼ਨ ਹੈ ਉਹਦੇ ਨਾਲ ਜਦੋਂ ਜੁੜੋਂਗੇ ਨਾ ਜੁੜਾਂਗੇ ਭਜਨ ਨਾਲ ਸ਼ਬਦ ਨਾਲ ਤੇ ਜਿੱਦਨ ਫਿਰ ਸ਼ਬਦ ਨਾਲ ਮਨ ਜੁੜਦਾ ਨਾ ਟੇਕ ਜਾਂਦਾ ਹੈ ਕਹਿੰਦੇ ਬੜਾ ਆਨੰਦ ਆਇਆ ਬੜਾ ਆਨੰਦ ਆਇਆ ਭੁੱਖ ਹੋਵੇ ਲੱਗੀ ਤੇ ਔਰ ਭੋਜਨ ਸ਼ਾਕੇ ਨਾ ਭਾਵੇਂ ਉਹਨਾਂ ਗੁਣਾ ਦਿਆ ਹੋਵੇ ਤੇ ਭਾਵੇਂ ਕਿਸੇ ਘਰ ਚੋਂ ਪਰੋਸਿਆ ਹੋਵੇ ਚੰਗੀ ਸਬਜੀ ਵੀ ਨਾ ਹੋਵੇ ਕਿਹਦਾ ਬੜਾ ਸੁਆਦ ਆਇਆ ਤੇ ਜੇ ਭੁੱਖ ਨਾ ਲੱਗੀ ਹੋਵੇ ਤਾਂ ਚੰਗੀਆਂ ਭਲੀਆਂ ਰੋਟੀਆਂ ਵਿੱਚ ਨੁਕਸ ਗੱਢੀ ਜਾਂਦਾ ਬੰਦਾ ਚੰਗੀ ਭਲੀ ਸਬਜੀ ਦੇ ਵਿੱਚ ਪੰਜ ਚਾਰ ਅੱਗੇ ਕੌਲੀਆਂ ਵੀ ਪਰੋਸੀਆਂ ਹੰਟਾ ਵੀ ਨੁਕਸ ਗੱਢੀ ਜਾਂਦਾ ਕਿਉਂਕਿ ਭੁੱਖ ਨਹੀਂ ਹੈਗੀ ਭੁੱਖ ਲੱਗੀ ਹੋਵੇ ਨਾ ਅੰਦਰ ਨਾਮ ਦੀ ਸਾਚੇ ਨਾਮ ਕੀ ਲੱਗੇ ਭੁੱਖ ਤੇ ਫਿਰ ਭਾਵੇਂ ਆਮ ਹੀ ਗੁਬਈਆ ਗਾਰਿਆ ਹੋਵੇ ਨਾ ਮੇਰੇ ਮਹਾਰਾਜ ਦਾ ਸ਼ਬਦ ਦਾਤੇ ਦਾ ਉਹਦੇ ਵਿੱਚ ਰਸ ਲੈਂਦਾ ਹਾ ਹਾ ਕੀ ਆਨੰਦ ਹੈ ਮੇਰੇ ਗੁਰੂ ਕੀ ਕਹਿ ਰਹੇ ਨੇ ਸ਼ਬਦ ਕੀ ਕਹਿ ਰਿਹਾ ਹੈ ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਅੰਦਰ ਟਿਕ ਜਾਵੇ ਅੰਦਰ ਚ ਟਿਕਾਓ ਆਵੇ ਗੁਰਮੁਖ ਜਿਹੜਾ ਤਨ ਕਰਕੇ ਸਤ ਸੰਗਤ ਵਿੱਚ ਆਉਂਦਾ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਉਹ ਟੁੱਟੀ ਲਿਵ ਜਿਹੜੀ ਜਨਮ ਵੇਲੇ ਨਾ ਜਿਹੜੀ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਉਹ ਟੁੱਟੇ ਨੇ ਤਾਨ ਜੁੜਨਾ ਹੈ ਕਿਉਂਕਿ ਉਹਨੂੰ ਗਾਇਆ ਉਹਨੂੰ ਧਿਆਇਆ ਟੁੱਟੀ ਗੰਡ ਨਹਾਰ ਗੋਪਾਲ ਉਹ ਟੁੱਟੀ ਲੈ ਨੂੰ ਫਿਰ ਇੱਥੇ ਆ ਕੇ ਗੰਡ ਪਵੇਗਾ ਸਹੀ ਗੰਡ ਪਵੇਗਾ ਸਹੀ ਗੰਢੀ ਜਾਏਗੀ ਉਹ ਗੰਡ ਪਵੇਗਾ ਫਿਰ ਰਸ ਬਣੇਗਾ ਆਨੰਦ ਬਣੇਗਾ ਮਨ ਨੂੰ ਟਿਕਾਓ ਬਣੇਗਾ ਖੰਡਾਓ ਨਹੀਂ ਬਣੇਗਾ ਮਹਾਰਾਜ ਕਹਿੰਦੇ ਉਲਟ ਪਵਨ ਪਵਨ ਨੂੰ ਉਲਟਾਣਾ ਸੰਸਾਰ ਵੱਲੋਂ ਖਿਆਲਾਤ ਫੁਰਨੇ ਇਹ ਜਿਹੜੇ ਆ ਇਹਨਾਂ ਨੂੰ ਉਲਟਾਣਾ ਇਧਰੋਂ ਮੋੜਨਾ ਜਿਹੜਾ ਮਨ ਮੀਨਾ ਕੀ ਚਾਪਲ ਮੀਨ ਦੀ ਮੱਛੀ ਦੀ ਤਰ੍ਹਾਂ ਚੰਚਲ ਔਰ ਉਹਨਾਂ ਚੰਚਲ ਤਈਆਂ ਵੱਲੋਂ ਮੂੜ ਕੇ ਆਪਣੇ ਅੰਦਰ ਨੂੰ ਲਿਆਉਣਾ ਤੇ ਟਿਕਾਓ ਵਿੱਚ ਲਿਆਉਣਾ ਖੰਡਾਓ ਵਿੱਚ ਨਾ ਜਾਣਦੇ ਨੇ ਤਜਰਬਾ ਕਰ ਲਿਆ ਜੇ ਜਿੱਦਨ ਮਾਨੇ ਇੱਧਰ ਉੱਧਰ ਭਟਕਦਾ ਹੋਵੇ ਨਾ ਬਹੁਤਿਆਂ ਦਾ ਤਜਰਬਾ ਵੀ ਹੋਵੇਗਾ ਉਹ ਦਿਨ ਰਸ ਨਹੀਂ ਆਵੇਗਾ ਨਿਤਨੇਮ ਦਾ ਤੇ ਜਿੱਦਨ ਕਿਦੇ ਮਨ ਟਿਕ ਜੇ ਤੁਸੀਂ ਦੇਖਿਆ ਜੀ ਉਹ ਦਿਨ ਰਸ ਵੀ ਬੜਾ ਬਣੇਗਾ ਤੇ ਸਰੀਰ ਵੀ ਐ ਹੋਏਗਾ ਹੌਲਾ ਹੌਲਾ ਉਡੂ ਣਡੂ ਕਰਦਾ ਤੁਰਤ ਫੁਰਤ ਜਿਵੇਂ એનર્ਜੀ ਦਾ ਹੀ ਮਿਲ ਗਈ ਹੋਵੇ ਤੇ ਉਹ ਦਿਨ ਬੰਦਾ ਆਂਦਾ ਵੀ ਇਹੋ ਜਿਹਾ ਕੰਮ ਰੋਜ਼ ਹੀ ਬਣੇ ਇਹੋ ਜਿਹਾ ਵਿਚਾਰ ਰੋਜ਼ ਹੋਵੇ ਇਹੋ ਜਿਹਾ ਨਿਤਨੇਮ ਰੋਜ਼ ਹੋਵੇ ਮਨ ਦੀ ਇਕਾਗਰਤਾ ਬਣ ਗਈ ਤੇ ਇਹਨੂੰ એનર્ਜੀ ਮਿਲ ਗਈ ਇਹਨੂੰ ਖੁਰਾਕ ਮਿਲ ਗਈ ਇਹਨੂੰ ਭੋਜਨ ਮਿਲ ਗਿਆ ਜਿਵੇਂ ਪਿਆਸਾ ਮਰ ਰਿਹਾ ਇੱਕ ਪਿਆਸ ਨਾਲ ਉਹ ਮਰ ਰਿਹਾ ਹੈ ਅਰ ਪਾਣੀ ਉਦਾਲੇ ਉਦਾਲੇ ਡੋਲਿਆ ਜਾ ਰਿਹਾ ਹੈ ਉਹਦੀ ਪਿਆਸ ਨਹੀਂ ਮਿਟੇਗੀ ਪਿਆਸੇ ਨੂੰ ਦੋ ਘੁੱਟਾ ਪਾਣੀ ਦੀਆਂ ਮਿਲ ਗਈਆਂ ਨਾ ਉਹਦਾ ਜੀਵਨ ਇਹ ਕਿਦੇ ਇਕਾਗਰਤਾ ਬਣ ਕੇ ਜਦੋਂ ਇਹਨੂੰ ਭੁੱਖ ਲੱਗੀ ਜਦੋਂ ਇਹਨੂੰ ਪਿਆਸ ਲੱਗੀ ਹੋਈ ਵੈਗੁਰੂ ਦੇ ਨਾਮ ਜਲ ਨੂੰ ਛਕ ਲਿਆ ਨਾ ਇਹਨੇ ਕਦੇ 2 ਸਕਿੰਟ ਵੀ ਇਹ ਜੁੜ ਗਿਆ ਅੰਦਰੋਂ ਉਹਨੇ ਨੂੰ એનર્ਜੀ ਦੇਣੀ ਉਹਨੇ ਦੀ ਜਨਮ ਜਨਮਾਂਤਰਾਂ ਦੀ ਪਿਆਸ ਮਟਾਉਣੀ ਹੈ ਔਰ ਫੇਰ ਪਿਆਸ ਮਿਟਣੀ ਆ ਗੁਰਬਾਣੀ ਜਿਹੜੀ ਆ ਨਾ ਜੀ ਤੇ ਇਤਿਹਾਸ ਭਾਈ ਸਾਹਿਬ ਦੀ ਵਿਚਾਰ ਇਹ ਗੱਲਾਂ ਨਹੀਂ ਐ ਇਹ ਗੁਵਈਏ ਨਹੀਂ ਐ ਕਿ ਜਿਵੇਂ ਅੱਜ ਦੇ ਕਲਾਕਾਰ ਐ ਜੋ ਕੰਨ ਤੇ ਰੱਖਦੇ ਹੱਥ ਤੇ ਲੰਮੀ ਇੱਕ ਨਾਲ ਲਗਾਈ ਜਾਂਦੇ ਨਹੀਂ ਇਹ ਬਾਣੀ ਧੁਰ ਤੋਂ ਆਈ ਅਲਾਹੀ ਬਚਨ ਨੇ ਇਹ ਹੁਣ ਅਸੀਂ ਕਹਾਂਗੇ ਬਾਣੀ ਪੜ੍ਹਦੇ ਵੀ ਸੁਣਦੇ ਵੀ ਪਰ ਮਨ ਆਕਾਗਰ ਨਹੀਂ ਹੁੰਦਾ ਜੇ ਇੱਕ ਦਿਨ ਮਨ ਆਕਾਗਰ ਹੋਇਆ એનર્ਜੀ ਆਈ ਆਨੰਦ ਬਣਿਆ ਉਸ ਚੀਜ਼ ਨੂੰ ਮਨੁੱਖ ਕਈ ਦਿਨ ਚੇਤੇ ਕਰਦਾ ਰਹਿੰਦਾ ਜੇ ਰੋਜ਼ ਬਣੇ ਤੇ ਕਿੰਨੀ એનર્ਜੀ ਅੰਦਰ ਆਵੇਗੀ ਕਿੰਨਾ ਆਨੰਦ ਆਵੇਗਾ ਇਦੇ ਇੱਕ ਇੱਕ ਬੋਲ ਇੱਕ ਇੱਕ ਗੱਲ ਨੂੰ ਇੱਕ ਇੱਕ ਅਲਫਾਜ਼ ਨੂੰ ਹਿਰਦੇ ਚ ਬਸਾਉਣਾ ਹੈ ਜੀਵਨ ਚ ਲਿਆਉਣਾ ਹੈ ਹੁਣ ਸਾਨੂੰ ਸਤਿਗੁਰੂ ਦੱਸਦੇ ਇੰਨੇ ਪਰ ਸਾਡੇ ਗੱਲ ਸਮਝ ਨਹੀਂ ਆਉਂਦੀ ਜੇ ਸਮਝ ਆਉਂਦੀ ਜੀਵਨ ਚ ਨਹੀਂ ਉਤਰਦੀ ਉਹਨੂੰ ਉਤਾਰਨਾ ਗੱਲ ਤਾਂ ਬੰਨੀ ਜਿਹੜਾ ਬਾਣੀ ਦੇ ਬਚਨਾਂ ਨੂੰ ਜੀਵਨ ਵਿੱਚ ਉਤਾਰਨ ਲੱਗ ਪਿਆ ਉਤਰਨ ਲੱਗ ਪੈ ਉਹਦੇ ਮੁਤਲਕ ਜੀਵਨ ਚੱਲਣ ਲੱਗ ਪਿਆ ਉਦਾ ਜੀਵਨ ਬਾਣੀ ਰੂਪ ਹੋ ਜਾਏਗਾ ਅੰਮ੍ਰਿਤ ਰੂਪ ਹੋ ਜਾਏਗਾ ਔਰ ਅੰਮ੍ਰਿਤ ਬਾਣੀ ਤੇ ਅੰਮ੍ਰਿਤ ਜੀਵਨ ਬਣ ਜਾਏਗਾ ਕਿਉਂਕਿ ਬਾਣੀ ਤੋਂ ਜੁਦੇ ਕੁਝ ਕਰਦਾ ਹੀ ਨਹੀਂ ਬਾਣੀ ਤੋਂ ਜੁਦੇ ਕੁਝ ਬੋਲਦਾ ਹੀ ਨਹੀਂ ਬਾਣੀ ਤੋਂ ਜੁਦੇ ਉਹ ਕਿਸੇ ਪਾਸੇ ਜਾਂਦਾ ਹੀ ਨਹੀਂ ਇੱਕ ਇਕਾਗਰਤਾ ਬਣੇਗੀ ਕਹਿੰਦੇ ਮਨ ਨੂੰ ਸੰਸਾਰ ਵੱਲੋਂ ਪਲਟਾ ਕੇ ਉਲਟਾ ਕੇ ਔਰ ਨਿਰੰਕਾਰ ਵੱਲੇ ਲੈ ਕੇ ਉਹਨਾਂ ਬਾਹਰमुखी ਖਿਆਲਾਂ ਨੂੰ ਅੰਦਰ ਲੈ ਕੇ ਆਉਣਾ ਆਕਾਗਰਤਾ ਬਣਾਉਣੀ ਸੰਖੇਪ ਵਿੱਚ ਅਰਜ਼ ਕਰਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਫਿਰ ਜਦੋਂ ਅੰਦਰ ਨੂੰ ਮਨ ਆਇਆ ਨਾ ਜੀ ਤੇ ਫਿਰ ਕੈਸੀ ਵਸਤਾ ਬੰਦੀ ਜਦੋਂ ਰਸ ਆਉਣ ਲੱਗ ਜਾਂਦਾ ਹੈ ਰਸ ਭਾਈ ਸਾਹਿਬ ਕਹਿੰਦੇ ਸੋ ਹੰ ਸੋ ਅਜਪਾ ਜਾਪ ਜਾਨੀਅਤ ਆਪਾ ਆਪ ਕਹਿੰਦੇ ਸੋ ਪਲਸ ਹੰ ਸੋ ਓ ਅੰਗ ਮੈਂ ਸੋ ਉਹ ਜਿਹੜਾ ਪਰਮਾਤਮਾ ਹੈ ਜੀ ਦਾ ਨਾਮ ਹੈ ਔਰ ਉਹਦਾ ਨਾਮ ਜਪਦਿਆਂ ਜਾਪ ਕਰਦਿਆਂ ਤੇ ਕਹਿੰਦੇ ਔਰ ਉਹ ਰੂਪ ਮੈਂ ਹੋ ਗਿਆ ਜਿਹੜਾ ਜੀਵ ਨਾ ਈਸ਼ਵਰ ਦਾ ਨਾਮ ਜਪਨਿਆ ਅਹ ਉਹ ਰੂਪ ਹੋ ਗਿਆ ਪਰਮਾਤਮਾ ਦਾ ਤੇ ਜਿਹੜਾ ਔਰ ਪਰਮਾਤਮਾ ਹੈ ਉਹ ਜੀਵ ਦੇ ਅੰਦਰ ਪ੍ਰਗਟ ਹੋ ਗਿਆ ਜੀਵ ਨੇ ਆਪਾ ਉਹਦੇ ਵਿੱਚ ਮਿਲਾ ਦਿੱਤਾ ਉਹਦੇ ਵਿੱਚ ਮਿਲ ਗਿਆ ਇਹਨੂੰ ਸੌਖੇ ਟੰਗਣਾ ਸਮਝ ਲਈਏ ਗਲਾਸ ਪਾਣੀ ਦਾ ਭਰਿਆ ਉਹਨੂੰ ਨਦੀ ਵਿੱਚ ਠੇਲ ਦਿੱਤਾ ਨਦੀ ਵਿੱਚ ਉਲੇਰ ਦਿੱਤਾ ਗਲਾਸ ਵਾਲਾ ਪਾਣੀ ਨਦੀ ਵਿੱਚ ਮਿਲ ਗਿਆ ਨਾ ਜੀ ਤੇ ਉਹ ਨਦੀ ਦਾ ਪਾਣੀ ਬਹੁਤ ਜ਼ਿਆਦਾ ਹੈ ਤੇ ਉਹ ਗਲਾਸ ਵਾਲੇ ਪਾਣੀ ਦੇ ਵਿੱਚ ਮਿਲ ਗਿਆ ਹੁਣ ਦੋਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਜਿੰਨਾ ਮਰਜੀ ਕੋਈ ਜ਼ੋਰ ਲਾ ਲੇ ਬਈ ਗਲਾਸ ਵਾਲਾ ਪਾਣੀ ਵਾਪਸ ਕੱਢ ਲਵਾਂਗੇ ਨਹੀਂ ਕਹਿੰਦੇ ਜਿਹੜੀ ਤੁਸ਼ ਮਾਤਰ ਜੀਵ ਦੀ ਆਤਮਾ ਸੀਨਾ ਉਹ ਜਦੋਂ ਬਾਹਰੋਂ ਉਲਟਾ ਕੇ ਨਰੰਕਾਰ ਵਿੱਚ ਬ੍ਰਿਤੀ ਰੂਪ ਹੋ ਕੇ ਮਿਲ ਗਈ ਕਹਿੰਦੇ ਉਹ ਰੂਪ ਹੋ ਗਏ ਸੋ ਉਹ ਰੂਪ ਹੋ ਗਏ ਉਹੀ ਹੁਣ ਦਰਿਆਵ ਹੋ ਗਏ ਹੁਣ ਸਮੁੰਦਰ ਹੋ ਗਏ ਹੁਣ ਨਦੀ ਰੂਪ ਹੋ ਗਏ ਉਹ ਕੱਪ ਦਾ ਗਲਾਸ ਦਾ ਗੜਵੇ ਦਾ ਪਾਣੀ ਨਹੀਂ ਰਹਿ ਗਿਆ ਜਾਪ ਚਿੰਨਿਆ ਤ ਉਸ ਜਾਪ ਨੂੰ ਜਾਣਿਆ ਹਿਰਦੇ ਦੇ ਅੰਦਰ ਮੰਨਿਆ ਤੇ ਕਹਿੰਦੇ ਆਪਾ ਆਪ ਆਪਣੇ ਆਪ ਨੂੰ ਉਹ ਜਾਣਿਆ ਹੁਣ ਮੈਂ ਤਾਂ ਨਹੀਂ ਉਹ ਹੀ ਹੈ ਪਰਮਾਤਮਾ ਹੀ ਰਹਿ ਗਿਆ ਅਹੰਭਾਵ ਮਿਟ ਗਿਆ ਪਰ ਉਹ ਰਹਿ ਗਿਆ ਇੱਕ ਪਰਮਾਤਮਾ ਔਰ ਉਣਮਣੀ ਜੋਤ ਕੋ ਉਦੋਤ ਹੋਏ ਪ੍ਰਬਲਕ ਹੈ ਕਹਿੰਦੇ ਜਿਹੜੀ ਉਣਮਣੀ ਬਿਰਤੀ ਨੂੰ ਆਕਾਗਰਤ ਕਰਕੇ ਮਨ ਦੀ ਔਰ ਆਕਾਗਰਤਾ ਬਣਾ ਕੇ ਚੇਤਨ ਜੋਤੀ ਜਿਹੜੀ ਹੈ ਉਹ ਸਾਰੇ ਭ੍ਰਮਨ ਦੇ ਪੜਦਿਆਂ ਨੂੰ ਭਿੰਨ ਕੇ ਵੇਦ ਕੇ ਔਰ ਉਹਨਾਂ ਚੱਕਰਾਂ ਨੂੰ ਵੇਦ ਕੇ ਨਸ਼ਟ ਕਰਕੇ ਆ ਦੂਤ ਪ੍ਰਗਟ ਹੋ ਗਏ ਪ੍ਰਬਲ ਬੜੇ ਪ੍ਰਤਾਪ ਵਾਲੇ ਬੜੇ ਪ੍ਰਤਾਪ ਨਾਲ ਬੜੀ ਤਾਕਤ ਦੇ ਨਾਲ ਉਹ ਸਾਰੇ ਪਰਦੇ ਜਿਹੜੇ ਪ੍ਰਕਾਸ਼ ਨੂੰ ਦਬਾਉਣ ਵਾਲੇ ਸਨ ਅੰਦਰ ਉਹਨਾਂ ਨੇ ਸਾਰਿਆਂ ਨੂੰ ਵਿੰਨ ਕੇ ਰੌਸ਼ਨੀ ਔਰ ਉੱਪਰ ਆ ਗਈ ਹੁਣ ਰੌਸ਼ਨੀ ਉੱਪਰ ਹੋ ਗਈ ਚੱਕਰ ਵੀ ਥੱਲੇ ਰਹਿ ਗਏ ਜਿਹਨੇ ਸੰਸਾਰ ਦੇ ਚੱਕਰਾਂ ਵਿੱਚ ਪਾਇਆ ਹੋਇਆ ਔਰ ਜਿੰਨੇ ਭ੍ਰੰ ਭੇਦ ਦੇ ਦਰਵਾਜ਼ੇ ਆ ਉਹ ਨਸ਼ਟ ਹੋ ਗਏ ਉਹ ਉੱਪਰ ਆ ਗਈ ਭਾਈ ਸਾਹਿਬ ਕਹਿੰਦੇ ਅਨਹਦ ਨਾਦ ਬਿਸਮਾਦ ਰਣ ਝੁਨ ਸੁਣ ਹੁਣ ਜਿਹੜਾ ਅਨਾਹਦ ਨਾਦ ਹੈ ਅਨਾਹਦ ਧੁਨੀ ਹੈ ਔਰ ਉਹ ਨਾਦ ਅੰਦਰ ਪ੍ਰਗਟ ਹੋ ਗਿਆ ਜਦੋਂ ਉਹ ਚੱਕਰ ਵਿੰਨੇ ਗਏ ਉਹ ਪੜਦੇ ਵਿੰਨੇ ਗਏ ਰੌਸ਼ਨੀ ਹੋ ਗਈ ਫੇਰ ਉਹ ਨਾਦ ਉਹ ਧੁਨ ਅੰਦਰੋਂ ਪ੍ਰਗਟ ਹੋਈ ਉਹ ਧੁਨ ਪ੍ਰਗਟ ਹੋਈ ਤੇ ਉਸ ਧੁਨ ਦੇ ਵਿੱਚ ਧਿਆਨ ਦੇ ਕੇ ਮਨੁੱਖ ਵਿਸਮਾਦ ਹੋ ਗਿਆ ਔਰ ਉਹਦੇ ਵਿੱਚ ਮਿਲ ਗਿਆ ਔਰ ਪਰਮਾਤਮਾ ਦੇ ਵਿੱਚ ਮਿਲ ਗਿਆ ਇੱਕ ਮੇਕਤਾ ਹਾਸਲ ਕਰ ਲਈ ਕਹਿੰਦੇ ਹੁਣ ਰਣ ਝੁਨ ਅੰਦਰ ਦੀ ਧੁਨ ਨੂੰ ਸੁਣਨਾ ਮਿੱਠੀ ਧੁਨ ਦੇ ਵਿੱਚ ਮਿਲਦਾ ਨਾ ਔਰ ਉਹਨੂੰ ਅੰਤਰ ਆਤਮੇ ਜੀਵ ਜਿਹੜਾ ਹੈ ਉਹਨੂੰ ਸੁਣਦਾ ਉਸ ਅੰਮ੍ਰਿਤ ਦੀ ਅਰ ਟਪਕਨ ਹਾਰੀ ਧੁਨ ਜਿਹੜੀ ਐ ਰਸ ਦਾਇਕ ਧੁਨ ਜਿਹੜੀ ਐ ਜਿਨੇ ਅੰਦਰ ਨੂੰ ਰਸ ਮਈ ਬੁਣਾਣਾ ਨਾ ਉਹਨੂੰ ਸੁਣਦਾ ਤੇ ਉਹ ਬੰਦ ਨਹੀਂ ਹੁੰਦੀ ਨਿਜਰ ਝਰਨ ਵਰਖਾ ਅੰਮ੍ਰਿਤ ਜਲ ਹੈ ਨਿਜਰ ਚਾਰਣਾ ਇੱਕ ਰਸ ਧਾਰਾ ਦਾ ਵਹਿਣਾ ਤੇ ਕਹਿੰਦੇ ਐਉਂ ਵਹਿੰਦੀ ਆ ਜਿਵੇਂ ਵਰਖਾ ਤੇ ਉਹ ਬਾਹਰ ਦੀ ਨਹੀਂ ਉਹ ਅੰਮ੍ਰਿਤ ਜਲ ਦੀ ਵਰਖਾ ਹੈ ਅੰਮ੍ਰਿਤ ਰਸ ਦੀ ਵਰਖਾ ਹੈ ਅੰਦਰ ਅੰਮ੍ਰਿਤ ਮਈ ਹੋ ਜਾਂਦਾ ਹੈ ਜੀਵਨ ਉਹ ਆਪਣੀਆਂ ਅੱਖਾਂ ਦੀਆਂ ਪਲਕਾਂ ਉਠਾ ਕੇ ਕਿਸੇ ਵੱਲ ਤੱਕਦਾ ਹੈ ਤੇ ਉਹਦੀਆਂ ਅੱਖਾਂ ਦੇ ਦੁਆਰਾ ਨਦਰ ਦੇ ਦੁਆਰਾ ਅੰਮ੍ਰਿਤ ਵਰ ਸੁਦਾ ਹੈ ਮਹਾਰਾਜ ਕਹਿੰਦੇ ਨੇ ਨਦਰੂ ਨਦਰੀ ਨਿਹਾਲ ਔਰ ਨਦਰੋ ਨਦਰੀ ਨਿਹਾਲ ਤਾਂ ਹੀ ਜੇ ਨਦਨਾ ਵਿੱਚ ਅੰਮ੍ਰਿਤ ਆਵੇਗਾ ਉਹਦਾ ਤੱਕਣਾ ਹੀ ਪਲਾ ਕਰ ਦਿੰਦਾ ਹੈ ਉਹਦਾ ਤੱਕਣਾ ਹੀ ਦੂਜੇ ਦੇ ਖਿਆਲات ਬਦਲ ਦਿੰਦਾ ਹੈ ਔਰ ਉਹਦੇ ਅੰਦੀ ਦ੍ਰਿਸ਼ਟੀ ਦੇ ਅੰਦਰ ਦਾਤਾ ਵਸਦਾ ਹੈ ਦਾਤੇ ਦੀ ਰਹਿਮਤ ਵਸਦੀ ਏ ਉਹਦੇ ਬੋਲਾਂ ਦੇ ਅੰਦਰ ਬ੍ਰਹਮ ਵਸਦਾ ਹੈ ਅਰ ਹੁਣ ਬੋਲ ਉਹਦੇ ਆਪਣੇ ਨਹੀਂ ਬ੍ਰਹਮ ਦੇ ਰਹਿ ਗਏ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਅੰਮ੍ਰਿਤ ਦੀ ਵਰਖਾ ਹੁੰਦੀ ਏ ਉਹ ਅੰਦਰ ਝਰਨਾ ਝਰਦਾ ਹੈ ਅਨਪੈ ਅਭਿਆਸ ਕੋ ਪ੍ਰਕਾਸ਼ ਅਸਚਰਜ ਮੈਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਅਨਪੈ ਭੈ ਤੁਰੈਤ ਅਨਹੋਰ ਭੈ ਡਰ ਡੁੱਕਰ ਜਿਹੜੇ ਉਹਨਾਂ ਤੋਂ ਰਹਿਤ ਕੋਈ ਡਰ ਰਹਿ ਨਹੀਂ ਗਿਆ ਤੇ ਉਹ ਜਿਹੜਾ ਅਨਪੈ ਅਨ ਅਨੁਭਾਉ ਪ੍ਰਕਾਸ਼ ਕੋ ਭਾਈ ਸਾਹਿਬ ਕਹਿੰਦਿਆ ਅਭਿਆਸ ਕੋ ਉਹਦਾ ਅਭਿਆਸ guna guna ਉਹਨੂੰ ਯਾਦ ਕਰਨਾ ਅੰਦਰ ਨੂੰ ਟਕਾ ਕੇ ਔਰ ਉਹਦੇ ਜਿਹੜਾ ਅਭਿਆਸ ਦੇ ਨਾਲ ਫਿਰ ਪ੍ਰਕਾਸ਼ ਅੰਦਰ ਚਾਨਣ ਹੋਣਾ ਪ੍ਰਗਟ ਹੋਣਾ ਜੋਤ ਦਾ ਜਗਮਗਾਉਣਾ ਹਿਰਦੇ ਦੇ ਅੰਦਰ ਜਿਹਦੇ ਆਪਣੇ ਅੰਦਰ ਪ੍ਰਕਾਸ਼ ਨਹੀਂ ਉਹ ਦੂਜੇ ਨੂੰ ਕੀ ਖਾਕ ਦੇਵੇਗਾ ਰਸਤਾ ਦੱਸਿਆ ਦੇ ਸਕਦਾ ਹੈ ਪ੍ਰਕਾਸ਼ ਜਿਹੜਾ ਹੈ ਆਪਣੇ ਆਪ ਹੈ ਦੂਜੇ ਨੂੰ ਦੱਸਿਆ ਦਾ ਸਕਦਾ ਹੈ ਮਲਾਪ ਆਪਣੇ ਆਪ ਹੈ ਔਰ ਦੂਜੇ ਨੂੰ ਸਮਝਾਇਆ ਜਾ ਸਕਦਾ ਹੈ ਦੇਖਿਆ ਆਪਣੇ ਆਪ ਹੈ ਕੋਈ ਕਿਸੇ ਨੂੰ ਦਿਖਾ ਨਹੀਂ ਸਕਦਾ ਔਰ ਦੇਖਿਆ ਜਾ ਸਕਦਾ ਹੈ ਕਿਉਂਕਿ ਆਪਣਾ ਅਭਿਆਸ ਹੈ ਮਨੁੱਖ ਅੱਖਾਂ ਤੋਂ ਅੰਨਾ ਹੋਵੇ ਜਨਮ ਤੋਂ ਅੰਨਾ ਹੋਵੇ ਤੇ ਬਾਹਰ ਦੇ ਸਿਆਣੇ ਜਿਹੜੇ ਨੇ ਹਜ਼ਾਰਾਂ ਮਿਲ ਕੇ ਲੱਖਾਂ ਪਰਮਾਨ ਉਹਨੂੰ ਦੇਣ ਬਈ ਦੇਖ ਐਨੇ ਬਲਬ ਜਲ ਰਹੇ ਨੇ ਇਹਦੀ ਰੌਸ਼ਨੀ ਇਹੋ ਜੀ ਹੈ ਦੇਖ ਫਿਰ ਕੋਈ ਸਮੇਂ ਬਾਅਦ ਸੂਰਜ ਉਦੇ ਹੁਦਾਣਾ ਸੂਰਜ ਦੀਆਂ ਕਿਰਨਾਂ ਨੇ ਧਰਤੀ ਤੇ ਆਣਾ ਉਹਨਾਂ ਨੇ ਰੌਸ਼ਨੀ ਹੀ ਰੌਸ਼ਨੀ ਕਰ ਦੇਣੀ ਉਹਨਾਂ ਨੇ ਆਉਣਿਆ ਸਰ ਬਲਬਾਂ ਦੀ ਰੋਸ਼ਨੀ ਨੂੰ ਮੱਦਮ ਕਰ ਦੇਣਾ ਕੀ ਇਹ ਸਾਰੀਆਂ ਗੱਲਾਂ ਨਾਲ ਅਰ ਸਮਝਾਉਣ ਨਾਲ ਔਰ ਉਹ ਅੰਨੇ ਨੂੰ ਭਰੋਸਾ ਆ ਜਾਵੇਗਾ ਜਿਹੜਾ ਜਨਮ ਤੋਂ ਅੰਨਾ ਹੈ ਬਈ ਇਹੋ ਹੀ ਰੋਸ਼ਨੀ ਹੈ ਨਹੀਂ ਹੈ ਕਿਉਂਕਿ ਉਹਨੂੰ ਆਪ ਦਿ세ਗਾ ਬੇਸ਼ਕ ਨਿਗੁਣੀ ਜਈ ਤੁਸ਼ ਜਈ ਰੋਸ਼ਨੀ ਹੋਵੇ ਜਦੋਂ ਆਪ ਦਿ세ਗਾ ਉਦੋਂ ਇਹਨੇ ਪ੍ਰਮਾਨ ਦੇਣ ਦੀ ਲੋੜ ਨਹੀਂ ਇਸ ਕਰਕੇ ਦੇਖਿਆ ਜਾ ਸਕਦਾ ਹੈ ਪਰਮਾਤਮਾ ਸਾਡੇ ਕੋਲ ਗਿਆਨ ਵਿਵੇਕ ਦੇ ਨੇਤਰ ਨਹੀਂ ਔਰ ਅਤ ਬਹੁਤ ਤਾਦ ਅੰਦਰ ਨਾਸਤਿਕਤਾ ਪਨਵੱਧਾ ਹੈ ਹਰ ਕੋਈ ਕਹਿੰਦਾ ਮੈਨੂੰ ਦਿਖਾ ਕਿਹੜੇ ਰੱਬ ਦੀ ਗੱਲ ਕਰਦਾ ਹੈ ਉਹ ਭਲਿਆ ਕੌਣ ਦੱਸੇ ਕੌਣ ਸਮਝਾਵੇ ਕਿ ਦਿਖਾਇਆ ਨਹੀਂ ਜਾ ਸਕਦਾ ਇਹ ਦੇਖਿਆ ਜਾ ਸਕਦਾ ਹੈ ਦੇਖਿਆ ਜਾ ਸਕਦਾ ਹੈ ਉਹ ਆਪਣਾ ਅਭਿਆਸ ਹੈ ਆਪਣੇ ਅੰਦਰ ਦੇ ਦਿਬ ਨੇਤਰ ਨੇ ਤੇਰੇ ਅੰਦਰ ਪ੍ਰਕਾਸ਼ ਵੈਗੁਰੂ ਬਖਸ਼ੇ ਤੈਨੂੰ ਪਤਾ ਲੱਗ ਸਕੇ ਕਿ ਵੈਗੁਰੂ ਹੈ ਔਰ ਮਹਾਰਾਜ ਸਾਹਿਬ ਕਹਿੰਦੇ ਆ ਉਹਦਾ ਪ੍ਰਕਾਸ਼ ਤੇ ਅਚਰਜਮੈਂ ਜਿਹਦੇ ਅੰਦਰ ਹੁੰਦਾ ਹੈ ਉਹ ਹੈਰਾਨਗੀ ਵਿੱਚ ਚਲਾ ਜਾਂਦਾ ਆਲੌਕਿਕਤਾ ਵਿੱਚ ਚਲਾ ਜਾਂਦਾ ਹੈ ਕਿ ਐਸਾ ਪ੍ਰਕਾਸ਼ ਪਹਿਲਾਂ ਕਦੇ ਨਹੀਂ ਦੇਖਿਆ ਸੰਸਾਰ ਵਿੱਚ ਕਦੇ ਨਹੀਂ ਦਿਖਾਈ ਦਿੰਦਾ ਕਿਸੇ ਦੇ ਕੋਲ ਨਹੀਂ ਉਹ ਫਿਰ ਉਸ ਆਨੰਦ ਨੂੰ ਉਸ ਅਦਭੁਤਤਾ ਨੂੰ ਛੱਡਣ ਨੂੰ ਤਿਆਰ ਨਹੀਂ ਹੁੰਦਾ ਇਸ ਕਰਕੇ ਜਿਹੜੇ ਅਭਿਆਸ ਕਰਦੇ ਜਾਂਦੇ ਆ ਨਾ ਜਿੰਨੇ ਅਭਿਆਸੀ ਹੁੰਦੇ ਨੇ ਉਹ ਬਾਹਰੋਂ ਬਹੁਤ ਘੱਟ ਬੋਲਦੇ ਨੇ ਉਹ ਅੰਦਰ ਜ਼ਿਆਦਾ ਜੁੜੇ ਰਹਿੰਦੇ ਆ ਉਹ ਬਹੁਤ ਤਾਦ ਅੰਦਰ ਆਪਣੇ ਬਹੁਤ ਤਾਦ ਅੰਦਰ ਨੇਤਰ ਵੀ ਬੰਦ ਰੱਖਦੇ ਕਿਉਂਕਿ ਆਤਮਕ ਦੇਦਾਰ ਕਰਦੇ ਨੇ ਉਹਨਾਂ ਨੂੰ ਪਤਾ ਬਾਹਰ ਦੇਖਾਂਗੇ ਬਾਹਰ ਕੋਈ ਹੋਰ ਹਰਕਤ ਕਰਦਾ ਹੈ ਨਦਰ ਉਧਰ ਨੂੰ ਕਰਸ਼ਿਤ ਕਰੇਗੀ ਖਿੱਚੇਗੀ ਉਹ ਅੰਦਰ ਦੇ ਕਿਸੇ ਰਸ ਨਾਲ ਜੁੜ ਜਾਂਦੇ ਨੇ ਉਹ ਕਿਸੇ ਰਸ ਦੇ ਨਾਲ ਜੁੜ ਕੇ ਉਹਨੂੰ مانਦੇ ਨੇ ਔਰ ਭਾਈ ਸਾਹਿਬ ਕਹਿੰਦੇ ਬਿਸਮ ਵਿਸ਼ਵਾਸ ਬਾਤ ਬ੍ਰਹਮ ਸਥਲ ਹੈ ਕਹਿੰਦੇ ਹਰਾਨੀ ਵਾਲਾ ਜਿਹੜਾ ਆਕਾਲ ਹੈ ਉੱਤੇ ਵਿਸ਼ਵਾਸ ਭਰੋਸਾ ਔਰ ਜਦੋਂ ਆ ਗਿਆ ਅੰਦਰ ਉਹ ਭਰੋਸਾ ਆ ਗਿਆ ਜਿਹਨੂੰ ਮਹਾਰਾਜ ਕਹਿੰਦੇ ਜਾ ਕੇ ਰਿਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਤਿਸੇ ਵਖਤ ਹੀ ਉਸੇ ਵੇਲੇ ਜਦੋਂ ਵਿਸ਼ਵਾਸ ਆ ਗਿਆ ਨਾ ਪਰਪੱਕਤਾ ਚ ਗਿਆਨ ਉਸੇ ਵੇਲੇ ਪ੍ਰਗਟ ਹੋ ਜਾਵੇਗਾ ਤਤ ਦਾ ਅਰਥ ਹੁੰਦਾ ਤਿਸੇ ਵਖਤ ਇਹ ਨਹੀਂ ਕਿ ਕੋਈ ਸਮਾਂ ਲੱਗੇਗਾ ਅਜੇ ਸਾਡਾ ਭਰੋਸਾ ਕਾਇਮ ਨਹੀਂ ਹੋਇਆ ਵਿਸ਼ਵਾਸ ਕਾਇਮ ਨਹੀਂ ਹੋਇਆ ਤਾਂ ਹੀ ਪ੍ਰਕਾਸ਼ ਨਹੀਂ ਹੋਇਆ ਮਹਾਰਾਜ ਕਹਿੰਦਿਆ ਤਤਕਾਲ ਤਿਸੇ ਵਕਤ ਹੀ ਗਿਆਨ ਉਹਦੇ ਅੰਦਰ ਪ੍ਰਗਟ ਹੁੰਦਾ ਹੈ ਇਹ ਸ਼ਰਤ ਹੈ ਕਿ ਪਹਿਲਾਂ ਵਿਸ਼ਵਾਸ ਫਿਰ ਉਹ ਪ੍ਰਗਟ ਹੋਵੇਗਾ ਅਸੀਂ ਕਹਿੰਦੇ ਨਹੀਂ ਪਹਿਲਾਂ ਸਾਨੂੰ ਦੱਸੇ ਦਿਸੇ ਗੱਲਾਂ ਕਰੇ ਸਾਨੂੰ ਔਰ ਗੱਲਾਂ ਸਮਝਾਵੇ ਫਿਰ ਸਾਡੀ ਮਰਜ਼ੀ ਹੋਈ ਤੇ ਅਸੀਂ ਉਹਨੂੰ ਅਪਣਾ ਲਾਂਗੇ ਨਾ ਹੋਈ ਤੇ ਨਾ ਸਹੀ ਇਹ ਵਿਸ਼ਾ ਨਹੀਂ ਹੈ ਮਹਾਰਾਜ ਕਹਿੰਦੇ ਨੇ ਫਿਰ ਉਹਦਾ ਬਾਸ ਇਹ ਦੇ ਵਿੱਚ ਹੋਣਾ ਤੇ ਉਹ ਬ੍ਰह्म ਸਥਲ ਸਥਿਰਤਾ ਵਾਲਾ ਟਿਕ ਜਾਣਾ ਇੱਕ ਜਗ੍ਹਾ ਤੇ ਔਰ ਉਹ ਹਿਰਦੇ ਦੇ ਵਿੱਚ ਆਦਾਨਾ ਦ੍ਰਿੜਤਾ ਨਿਸ਼ਚਾ ਦੇ ਨਾਲ ਮਹਾਰਾਜ ਕਹਿੰਦਿਆ ਉਹਦੇ ਨਾਲ ਜੁੜ ਉਹਦੇ ਵੱਲ ਨੂੰ ਤੁਰ ਸਜਣਾ ਫੇਰ ਗੱਲ ਬਣੇਗੀ ਜਦੋਂ ਅੰਦਰੋਂ ਤੁਰੇਂਗਾ ਯਤਨ ਕਰਿਆ ਕਰੀਏ ਆਕਾਗਰਤਾ ਬਣਾਉਣ ਦੀ ਨਿਤਨੇਮ ਕਰਦੇ ਆ ਬਾਣੀ ਪੜ੍ਹਦੇ ਆ ਗੁਰਮੁਖੋ ਵਾਹਿਗੁਰੂ ਵਾਹਿਗੁਰੂ ਜਪਦਿਆਂ ਸਤ ਸੰਗਤ ਵਿੱਚ ਬੈਠਿਆਂ ਜੀਵਨ ਆਨੰਦਮਈ ਬਣ ਜਾਵੇਗਾ ਅਰ ਦੂਜਾ ਭਾਂਡੇ ਨੂੰ ਨਾ ਵੇਖਿਆ ਕਰੀਏ ਭਜਨ ਨੂੰ ਦੇਖਿਆ ਕਰੀਏ ਭਜਨ ਨੂੰ ਦੇਖਿਆ ਕਰੀਏ ਸ਼ਬਦ ਗੁਰੂ ਤੇ ਗੁਰੂ ਦਾ ਸ਼ਬਦ ਅਰ ਗੁਰੂ ਨੇ ਸਾਨੂੰ ਦਿੱਤਾ ਸੁਣਾਉਣ ਵਾਲਾ ਕੌਣ ਹੈ ਉਹਦੇ ਨਾਲ ਮਤਲਬ ਨਾ ਰੱਖਿਆ ਕਰੀਏ ਅਰ ਸ਼ਬਦ ਨਾਲ ਜੁੜਿਆ ਕਰੀਏ ਉਹਦਾ ਰਸ ਮਾਣਿਆ ਕਰੀਏ ਜਦੋਂ ਇਹ ਸਾਡੇ ਅੰਦਰ ਏਕਤਾ ਆਉਣ ਲੱਗ ਪੀਨਾ ਆਨੰਦਤ ਹੋਣ ਲੱਗ ਪਏ ਗੁਰੂ ਸਾਡੇ ਤੇ ਕਿਰਪਾ ਕਰੇਗਾ ਅਰਦਾਸਾਂ ਬੇਨਤੀਆਂ ਕਰਿਆ ਕਰੀਏ ਮਹਾਰਾਜ ਇਹ ਸਾਡੇ ਵੱਸ ਦਾ ਗੱਲ ਨਹੀਂ ਸਾਡੇ ਵੱਸੋਂ ਬਾਹਰ ਹੈ ਅਸੀਂ ਤਨ ਕਰਕੇ ਆ ਬੈਠਦੇ ਆ ਮਹਾਰਾਜ ਦਇਆ ਕਰੋ ਮਨ ਵੱਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਮਨ ਦੇ ਵਸੀਕਰ ਉਦੋਂ ਨਾ ਜਦੋਂ ਤੁਹਾਡੀ ਕਿਰਪਾ ਹੋਗੀ ਤੁਸੀਂ ਕਿਰਪਾ ਕਰੋ ਮਨ ਦੀ ਇਕਾਗਰਤਾ ਬਖਸ਼ੋ ਤੇ ਨਾਲ-ਨਾਲ ਨਿਰਮਾਨਤਾ ਵਾਲੇ ਗੁਣ ਨਿਮਰਤਾ ਵਾਲੇ ਔਰ ਬੜੇ ਪ੍ਰੇਮ ਵਾਲੇ ਭਿੱਜੇ ਹੋਏ ਬਚਨ ਗੁਰੂ ਵਾਲੇ ਬਾਣੀ ਵਾਲੇ ਭਾਵਨਾਵਾਲੇ ਪ੍ਰੇਮ ਵਾਲੇ ਉਹਦੇ ਨਾਲ ਇਕਾਗਰਤਾ ਬਣਨ ਲੱਗ ਜਾਂਦੀ ਹੈ ਹੁਣ ਬੂਟਾ ਤਾਂ ਲਾ ਦਿੱਤਾ ਬੀਜ ਬੋਹ ਦਿੱਤਾ ਤੇ ਉਹਦੇ ਡਾਲੇ-ਡਾਲੇ ਜਿਹੜੀ ਅੱਗ ਦੇ ਕੋਲੇ ਰੱਖੇ ਹੋਣ ਤੋ ਬੀਜ ਉਗਰੇਗਾ ਕਿੱਥੇ? ਦਾਲੇ-ਦਾਲੇ ਉਹਦੇ ਠੰਡਾ ਥਾਂ ਰੱਖਣਾ ਪਵੇਗਾ। ਔਰ ਜਿਹੜੀ ਇਹ ਉਹ ਨੂੰ ਵੱਤਰ ਰੂਪ ਚ ਰੱਖਣਾ ਪਵੇਗਾ। ਬੀ ਤਾਂ ਉਗਰੇਗਾ। ਇੱਕ ਪਾਸੇ ਅੰਦਰ ਨਾਮ ਦਾ ਬੀਜ ਹਿਰਦੇ ਜ਼ਮੀਨ ਵਿੱਚ ਪਾ ਦਿੱਤਾ ਹੈ। ਵੈ ਗੁਰੂ ਦਾ। ਇੱਕ ਪਾਸੇ ਅੰਦਰ ਈਰਖਾ, ਦੁਐਸ਼, ਨਿੰਦਿਆ, ਚੁਗਲੀ, ਅੱਗ ਕਿੱਥੋਂ ਉਸ ਬੀਜ ਨੂੰ ਪਰਫੁੱਲਤ ਹੋਣ ਦੇਵੇਗੀ ਜੀ? ਅੰਦਰ ਨੂੰ ਟਿਕਾਈਏ। ਅੰਦਰ ਜਪਨ ਦਾ ਯਤਨ ਕਰੀਏ। ਅਰ ਸਾਡੇ ਤੇ ਗੁਰੂ ਕਿਰਪਾ ਕਰੇ ਗੁਰੂ ਤੋਂ ਇਹ ਮੰਗੀਏ ਕਿ ਸਾਡੀ ਬਸਤਾ ਬਨ ਆਵੇ ਇਹੀ ਬਦਲਾਅ ਆਉਣਾ ਹੈ ਜੀ ਇਹੀ ਸ਼ਾਂਤੀ ਸਕੂਨ ਅੰਦਰੋਂ ਮਿਲਣਾ ਹੈ ਜਦੋਂ ਅੰਦਰ ਨੂੰ ਜੁੜੇ ਬਾਹਰੋਂ ਬਹੁਤ ਆਦ ਅੰਦਰ ਜੁੜੇ ਹੋਏ ਆ ਬਾਹਰੋਂ ਬੜਾ ਤੁਰਦੇ ਆ ਗੁਰਮਤ ਵੱਲ ਨੂੰ ਗੁਰੂ ਵੱਲ ਨੂੰ ਧਰਮ ਵੱਲ ਨੂੰ ਗੁਸਤਾਖੀ ਮਾਫ ਔਰ ਮੇਰੀ ਤਰ੍ਹਾਂ ਬਾਹਰੋਂ ਤਾਂ ਬਹੁਤ ਹੈ ਅੰਦਰੋਂ ਘਾਤਾਂ ਅੰਦਰੋਂ ਵੀ ਕੋਜ ਨਾ ਕੋਜ ਅੰਦਰ ਦੀਆਂ ਕਦਮਾਂ ਵਧਾਈਏ ਅੰਦਰ ਦੀਆਂ ਕਦਮਾਂ ਇਹ ਆ ਸਾਨੂੰ ਗੁਰੂ ਰੋਜ ਦੱਸਦੇ ਪਤਾ ਲੱਗ ਜਾਂਦਾ ਹੈ ਉਹ ਹਿਰਦੇ ਨੂੰ ਤਪਦੀ ਭੂਮੀ ਹਿਰਦੇ ਨੂੰ ਠੰਡਾ ਕਰੀਏ ਉਹਦੇ ਵਿੱਚ ਕੋਮਲ ਜਿਹਾ ਨਾਮ ਦਾ ਬੀਜ ਬੋਇ ਕੇ ਫਿਰ ਉਹ ਉਗਰੇਗਾ ਫਿਰ ਉਹ ਜਿਵੇਂ ਜਿਵੇਂ ਵੱਡਾ ਹੋਣਾ ਉਹਨੇ ਵਧਣਾ ਗੁਨਾਹਾਂ ਦੀ ਸੈਤ ਪਾਣੀ ਦਾ ਖਿਆਲ ਹੋਰ ਮਾਰੂ ਚੀਜ਼ਾਂ ਦਾ ਖਿਆਲ ਰੱਖ ਕੇ ਨਾ ਜੀ ਫਿਰ ਉਹਨੇ ਬਰਸ਼ ਬਣਾ ਅੰਦਰ ਵੀ ਆਪ ਵੀ ਸ਼ਾਮ ਆਣਾਂਗੇ ਤੇ ਹੋਰ ਨਾਂ ਦਾ ਭਲਾ ਵੀ ਉਹਦੇ ਚ ਹੀ ਹੋਵੇਗਾ ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਸਮਤ ਬਖਸ਼ੇ ਵਿਚਾਰ ਕਰਦਿਆਂ ਹੋਇਆਂ ਕਈ ਵੇਰ ਔਰ ਇਧਰ ਉਧਰ ਦੀ ਗੱਲ ਬੋਲੀ ਜਾਂਦੀ ਏ ਮੇਰੀ ਗੁਸਤਾਖੀ ਜਾਣ ਕੇ ਉਹਨੂੰ ਨਾ ਚਿਤਾਰਿਆ ਜੇ ਕਿਉਂਕਿ ਜੇ ਮੇਰੇ ਔਗਣ ਤੁਸੀਂ ਚੇਤੇ ਕਰੋਗੇ ਨਾ ਤੇ ਤੁਹਾਡਾ ਸਮਾਂ ਆਇਆ ਦਾ ਨਾ ਜੇ ਪੱਲੇ ਕੁਝ ਨਹੀਂ ਪੈਣਾ ਗੁਰੂ ਦੀ ਗੱਲ ਚਿਤਵੋਗੇ ਉਹਦੇ ਨਾਲ ਭਲਾ ਹੋਵੇਗਾ ਔਰ ਮੇਰੇ ਅਬਗਨਾ ਨਾਲ ਨਾ ਤੁਹਾਡਾ ਭਲਾ ਨਾ ਮੇਰਾ ਭਲਾ ਜੇ ਗੁਰੂ ਦੀ ਗੱਲ ਦੀ ਸਾਂਝ ਪਾਵਾਂਗੇ ਉਹਦੇ ਚ ਦੋਨਾਂ ਦਾ ਹੀ ਭਲਾ ਗੁਰੂ ਕਿਰਪਾ ਕਰੇ ਸਾਨੂੰ ਆਪਦੇ ਚਰਨਾਂ ਨਾਲ ਜੋੜੇ ਸ਼ਬਦ ਨਾਲ ਜੋੜੇ ਸਾਡੀ ਬਣ ਆਵੇ ਇਨੀਆਂ ਬੇਨਤੀਆਂ ਪ੍ਰਮਾਨ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂ ਠਾਕੁਰ ਤੁਮ ਜੀ